ਵੱਲੋਂ ਪਿਛਲੇ ਸਮੇਂ ਜਿਹੜੀਆਂ ਅਲਰਟਨੈਸ ਔਰ ਇਹ ਜਿਹੜੇ ਕ੍ਰਿਮੀਨਲ ਬੰਦਿਆਂ ਦੇ ਖਿਲਾਫ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਤੇ ਸਾਡੇ ਗੌਰਨਮੈਂਟ ਡਿਵੀਜ਼ਨ ਦੇ SHO ਸੁਰਿੰਦਰ ਮੋਹਨ ਜੀ ਨੇ ਤਿੰਨ ਅਜਿਹੇ ਮੈਂਬਰਾਂ ਦੇ ਗਰੋਹ ਨੂੰ ਕਾਬੂ ਕੀਤਾ ਜਿਹੜੇ ਤਿੰਨ ਸਾਲ ਤੋਂ ਇੱਥੇ ਲੁਕ ਛਿਪ ਕੇ ਜਿਹੜੇ ਵਾਰਦਾਤਾਂ ਕਰ ਰਹੇ ਸੋ ਇਹਨਾਂ ਤਿੰਨਾਂ ਨੂੰ ਜਿਹੜੇ ਤਿੰਨੇ ਜਿਹੜੇ ਇਹ ਮੋਗੇ ਦੇ ਰਹਿਣ ਵਾਲੇ ਨੇ ਬਦਨੀ ਕਲਾਂ ਦੇ ਰਹਿਣ ਵਾਲੇ ਔਰ ਇੱਥੇ ਸ਼ਿਮਲਾਪੁਰੀ ਇਹ ਕਿਰਾਏ 'ਤੇ ਰਹਿੰਦੇ ਸੀ ਇਹਨਾਂ ਦੀ ਮੋਟੋ ਸੁਪਰੈਂਡੀ ਸੀ ਵੀ ਰਾਤ ਨੂੰ ਇਹ ਦਿਨ ਨੂੰ ਤਾਂ ਆਪਣੀ ਡਿਊਟੀ ਕਰਦੇ ਸੀ ਇੱਕ ਇਹਨਾਂ ਦੇ ਵਿੱਚੋਂ ਸਿਕਿਉਰਿਟੀ ਗਾਰਡ ਦੂਸਰੇ ਦਿਨ ਵੇਲੇ ਕੋਈ ਹੋਰ ਕੰਮ ਕਰਦੇ ਸੀ ਫੈਕਟਰੀਆਂ ਦੇ ਵਿੱਚ ਪਰ ਰਾਤ ਨੂੰ ਇਹ ਤਿੰਨੇ ਜਿਹੜੇ ਇਕੱਠੇ ਹੋ ਕੇ ਅਤੇ ਆਹ ਜਿਹੜਾ ਛੁਰਾ ਹੈ ਜਿਹੜਾ ਇਹਨਾਂ ਦੇ ਕੋਲ ਅਤੇ ਛੁਰਾ ਦਿਖਾ ਕੇ ਆਮ ਜਿਹੜੇ ਰਾਹੀਗੀਰਾਂ ਨੂੰ ਇਹ ਲੁੱਟਦੇ ਸੀ ਇਹਨਾਂ ਦੇ ਵਿੱਚੋਂ ਇੱਕ ਤਾਂ ਪਰਮਾਨੈਂਟਲੀ ਜਿਹੜਾ ਇੱਥੇ ਸਿਕਿਉਰਿਟੀ ਗਾਰਡ ਸੀ ਅਸੀਂ ਸਿਕਿਉਰਿਟੀ ਏਜੰਸੀ ਨਾਲ ਵੀ ਸੰਪਰਕ ਕਰ ਰਹੇ ਹਾਂ ਤਾਂ ਕਿ ਉਹਦੇ ਕੋਲ ਵੀ ਅਸੀਂ ਇਹਦੀ ਜਿਹੜੀ ਬੈਕਗਰਾਊਂਡ ਪੁੱਛ ਰਹੇ ਹਾਂ ਬਾਕੀ ਵੀ ਟੈਕਨੀਕਲੀ ਤਰੀਕੇ ਨਾਲ ਵੀ ਅਸੀਂ ਜਿਹੜਾ ਆਪਣੇ ਕੌਂਸਲ 'ਤੇ ਇਹਦੀ ਪੜਤਾਲ ਕਰ ਰਹੇ ਹਾਂ ਸੋ ਇਹਨਾਂ ਨੇ ਕਰੀਬ ਜੋ ਸਾਡੇ ਕੋਲ ਵਾਰਦਾਤਾਂ ਮੰਨੀਆਂ ਨੇ ਉਹ ਹੁਣ ਤੱਕ 25 ਵਾਰਦਾਤਾਂ ਦੇ ਕਰੀਬ ਜਿਹੜੇ ਸਾਡੇ ਕੋਲ ਇਹ ਮੰਨ ਚੁੱਕੇ ਨੇ ਜਿਹੜੇ ਹੁਣ ਤੱਕ ਦੀ ਪੁੱਛਗਿੱਛ ਤੋਂ ਸੋ ਹੋਰ ਵੀ ਪੁੱਛਗਿੱਛ ਚੱਲ ਰਹੀ ਹੈ ਅਤੇ ਹੋਰ ਵੀ ਜਿਹੜੇ ਇਹਨਾਂ ਦੇ ਕੋਲੋਂ ਕਿਉਂਕਿ 5 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਇਹਨਾਂ ਦੇ ਕੋਲੋਂ ਪਲੱਸ ਕੁਛ ਵਹੀਕਲ ਐਸੇ ਨੇ ਜਿਹੜੇ ਅਜੇ ਇਹਨਾਂ ਨੇ ਹੋਏ ਹੋਏ ਨੇ ਪਰ ਕੋਈ ਕਿਤੇ ਵੇਚੇ ਹੋਏ ਕੋਈ ਕਿਤੇ ਵੇਚੇ ਇਸੇ ਤਰ੍ਹਾਂ ਮੋਗੇ ਦੇ ਵਿੱਚ 2 ਵੇਚੇ ਹੋਏ ਨੇ ਸੋ ਉਹ ਜਿਹੜੇ ਵੀ ਵਹੀਕਲ ਲੁਧਿਆਣਾ ਮੋਗਾ ਅਤੇ ਬਠਿੰਡਾ ਇਹਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਜਿਹਦੇ 'ਚੋਂ ਲੁਧਿਆਣੇ 'ਚ ਜ਼ਿਆਦਾ ਵਾਰਦਾਤਾਂ ਨੇ ਮੋਗੇ ਔਰ ਬਠਿੰਡੇ ਵੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਮੰਨੀਆਂ ਨੇ ਅਜੇ ਪੁੱਛਗਿੱਛ ਚੱਲ ਰਹੀ ਹੈ ਹੋ ਸਕਦਾ ਹੋਰ ਵੀ ਸਾਨੂੰ ਜਿਹੜੀ ਹੈ ਰਿਕਸ਼ਾ ਪੁਲਿਸ ਨਹੀਂ ਨਸ਼ੇ ਵਾਲੀ ਐਡੀ ਨਹੀਂ ਗੱਲ ਇਹ ਬੜਾ ਪਲੈਂਡ ਤਰੀਕੇ ਨਾਲ ਇਹ ਵਾਰਦਾਤ ਕਰਦੇ ਸੀ ਨਸ਼ੇ ਵਾਲੀ ਕੋਈ ਗੱਲ ਨਹੀਂ ਡਰਾ ਕੇ ਸੁਨਸਾਨ ਜਗ੍ਹਾ ਦੇ ਉੱਤੇ ਜਿਹੜੇ ਲੋਕਾਂ ਨੂੰ ਇਹ ਜਿਹੇ 24-25 ਸਾਲ ਦੀ ਇਹ ਜੰਗ ਨਹੀਂ ਅਸੀਂ ਹੁਣ ਪਹਿਲਾਂ ਇਹਨਾਂ ਦਾ ਹੁਣ ਤੱਕ ਨਹੀਂ ਮਿਲਿਆ ਪਰ ਅਸੀਂ ਉੱਥੇ ਦੇ ਥਾਣੇ ਨੂੰ ਲਿਖ ਕੇ ਭੇਜਿਆ ਮੋਗਾ ਜ਼ਿਲ੍ਹੇ ਨੂੰ ਵੀ ਭੇਜਿਆ ਅਤੇ ਬਠਿੰਡੇ ਜ਼ਿਲ੍ਹੇ ਨੂੰ ਵੀ ਭੇਜਿਆ ਸੀ ਮੈਸੇਜ ਉੱਥੋਂ ਵੀ ਸਾਨੂੰ ਜਿਹੜਾ ਰਿਕਾਰਡ ਜ਼ਿਲ੍ਹੇ ਨੂੰ ਦਾ ਪਤਾ ਜੇ ਕਰੀਬ 3 ਸਾਲ ਤੋਂ ਇਹ ਕਰ ਰਹੇ ਨਹੀਂ ਅਜੇ ਪੁੱਛ ਕੇ ਚੱਲੇਗੀ ਅਜੇ ਅਜੇ 3 ਇਹ ਇਹਨਾਂ ਦੇ ਵਿੱਚੋਂ ਇੱਕ ਸਿਕਿਉਰਿਟੀ ਗਾਰਡ ਸੀ ਸੋ ਅਸੀਂ ਉਹਦੇ ਦੀ ਸਿਕਿਉਰਿਟੀ ਏਜੰਸੀ ਹੈ ਅਸੀਂ ਉਹਦੇ ਨਾਲ ਸੰਪਰਕ ਕੀਤਾ ਉਹਦੇ ਵੀ ਅਸੀਂ ਜਿਹੜੇ ਉਹਨਾਂ ਦੇ ਅਧਿਕਾਰੀ ਇੰਚਾਰਜ ਨੇ ਉਹਨਾਂ ਨੂੰ ਬੁਲਾ ਰਹੇ ਹਾਂ ਵੀ ਇਹ ਕਿਵੇਂ ਤੁਸੀਂ ਕੀ ਇਹਦਾ ਦੀ ਵੈਰੀਫਿਕੇਸ਼ਨ ਕੀ ਤੁਸੀਂ ਕੀਤਾ ਦੈਨ ਵੀ ਵਿਲ ਆਸਕ ਦੈਟ ਪਿਛਲੇ ਵਾਲਾ ਵੀ ਅੱਗੇ ਬਰਾਬਰ ਆਓ ਯਾਰ